ਗੰਨਾ ਉਤਪਾਦਨ ਨਾਲ ਗੱਲ ਹੋਈ ਹੈ ਜੂਨੀਅਰਾਂ ਨਾਲ ਵੀ ਗੱਲ ਹੋਈ ਹੈ ਕੱਲ ਨੂੰ ਅਸੀਂ ਜਿਹੜੇ ਮਿਲਰਸ ਨੇ ਉਹਨਾਂ ਨੂੰ ਬੁਲਾਵਾਂਗੇ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਤੁਹਾਡਾ ਕਿੰਨਾ ਕਿਉਂਕਿ ਅੱਜ ਕੱਲ ਗੰਨੇ ਤੋਂ ਕੱਲੀ ਖੰਡ ਨਹੀਂ ਬਣਦੀ ਗੰਨੇ ਤੋਂ 에ਥਨੋਲ ਹੋਰ ਬਹੁਤ ਸਾਰੇ ਪ੍ਰੋਡਕਟ ਬਣਨ ਲੱਗੇ ਖੰਡ ਦੇ ਇਲਾਵਾ ਸੋ ਇਸ ਕਰਕੇ ਜੇ ਉਹਨਾਂ ਨੂੰ ਪ੍ਰੋਫਿਟ ਹੋ ਰਿਹਾ ਉਹਨਾਂ ਦਾ ਪ੍ਰੋਫਿਟ ਵੀ ਨਹੀਂ ਅਸੀਂ ਕਟਾਉਣਾ ਚਾਹੁੰਦੇ ਕਿਉਂਕਿ ਉਹ ਜੇ ਗੰਨਾ ਹੀ ਨਹੀਂ ਬੀਜੂਗਾ ਕੋਈ ਤਾਂ ਮਿਲਣਾ ਕਿਵੇਂ ਚਲਾਉਣਗੇ ਤਾਂ ਉਹਦੇ ਨਾਲ ਉਹਨਾਂ ਨੂੰ ਜਿਸ ਤਰ੍ਹਾਂ ਹੀ ਮਾਰਕਫੈਡ ਹੈ ਜੇ ਅਸੀਂ ਮਾਰਕਫੈਡ ਨੂੰ ਉੱਪਰ ਲੈ ਕੇ ਜਾਂਦੇ ਆ ਤਾਂ ਜਿਹੜੇ ਸਾਡੇ ਬੇਰਕਾ ਵਾਲੇ ਜਿਹੜੇ ਸਾਡੇ ਕਿਸਾਨ ਨੇ ਡੇਰੀ ਵਾਲੇ ਉਹਨਾਂ ਨੂੰ ਫਾਇਦਾ ਹੁੰਦਾ ਕਿਉਂਕਿ ਉਹ ਉਹਦੇ ਵਿੱਚ ਉਹ ਸੋਸਾਇਟੀ ਦੇ ਵਿੱਚ ਉਹਦੇ 파ਟਨਰ ਨੇ ਉਹ ਸੋ ਇਸ ਕਰਕੇ ਸਰਕਾਰ ਕਦੇ ਵੀ ਖਾਸ ਤੌਰ ਤੇ ਪੰਜਾਬ ਸਰਕਾਰ ਕਦੇ ਵੀ ਕੋਈ ਪੈਸਾ ਲੋਕਾਂ ਤੋਂ ਲੁਕਾਉਂਦੀ ਨਹੀਂ ਭਾਵੇਂ ਉਹ ਬਿਜਲੀ ਦੇ ਬਿੱਲ ਮਾਫ ਕਰਨ ਦੇ ਰੂਪ ਚ ਭਾਵੇਂ ਆਮ ਆਦਮੀ ਕਲੀਨਿਕਾਂ ਦੇ ਰੂਪ ਚ ਮੁਫਤ ਦਵਾਈਆਂ ਦੇ ਰੂਪ ਚ ਭਾਵੇਂ ਉਹ ਰੋਜ਼ਗਾਰ ਦੇਣ ਦੇ ਰੂਪ ਚ ਭਾਵੇਂ ਉਹ ਇੱਥੇ ਨਵੇਂ ਰੋਜ਼ਗਾਰ ਦੇ ਮੌਕੇ ਪ੍ਰਾਈਵੇਟ ਸੈਕਟਰ ਚ ਪੈਦਾ ਕਰਨ ਦੇ ਰੂਪ ਚ ਭਾਵੇਂ ਉਹ ਜਿਸ ਤਰੀਕੇ ਨਾਲ ਵੀ ਲੋਕਾਂ ਨੂੰ ਹੈਲਪ ਚਾਹੀਦੀ ਹੈ ਸਹੂਲਤ ਚਾਹੀਦੀ ਹੈ ਅਸੀਂ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਤੋਂ ਕਦੇ ਗੁਰੇਜ਼ ਨਹੀਂ ਕਰਦੇ ਸੋ ਬੜੇ ਵਧੀਆ ਮਾਹੌਲ ਚ ਗੱਲ ਹੋਈ ਹੈ ਔਰ ਇੱਕ ਦੋ ਦਿਨਾਂ ਬਾਅਦ ਜਿਹੜਾ ਸਾਰੀਆਂ ਮੀਟਿੰਗਾਂ ਕਰਕੇ ਤੇ ਇਹਦਾ ਮਤਲਬ ਹੱਲ ਤਾਂ ਨਿਕਲ ਹੀ ਗਿਆ ਮਤਲਬ ਕੁਝ ਜਿਹੜੀਆਂ ਨਵੀਆਂ ਅਨਾਉਂਸਮੈਂਟਸ ਜਿਹੜੀਆਂ ਉਹ ਹੋ ਜਾਣਗੇ ਗੰਨਾ ਉਤਪਾਦਨ ਨਾਲ ਗੱਲ ਹੋਈ ਹੈ ਜੂਨੀਅਰਾਂ ਦੇ ਲੀਡਰ ਨਾਲ ਵੀ ਗੱਲ ਹੋਈ ਹੈ ਕੱਲ ਨੂੰ ਅਸੀਂ ਜਿਹੜੇ ਮਿਲਰਸ ਨੇ ਉਹਨਾਂ ਨੂੰ ਬੁਲਾਵਾਂਗੇ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਤੁਹਾਡਾ ਕਿੰਨਾ ਕਿਉਂਕਿ ਅੱਜਕੱਲ੍ਹ ਗੰਨੇ ਤੋਂ ਕੱਲੀ ਖੰਡ ਨਹੀਂ ਬਣਦੀ ਗੰਨੇ ਤੋਂ ਇਥੈਨੋਲ ਹੋਰ ਬਹੁਤ ਸਾਰੇ ਪ੍ਰੋਡਕਟ ਬਣਨ ਲੱਗ ਗਏ ਖੰਡ ਦੇ ਇਲਾਵਾ ਸੋ ਇਸ ਕਰਕੇ ਜੇ ਉਹਨਾਂ ਨੂੰ ਪ੍ਰੋਫਿਟ ਹੋ ਰਿਹਾ ਤਾਂ ਉਹਨਾਂ ਦਾ ਪ੍ਰੋਫਿਟ ਵੀ ਨਹੀਂ ਅਸੀਂ ਕਟਾਉਣਾ ਚਾਹੁੰਦੇ ਕਿਉਂਕਿ ਉਹ ਜੇ ਗੰਨਾ ਹੀ ਨਹੀਂ ਬੀਜੂਗਾ ਕੋਈ ਤਾਂ ਮਿਲਣਾ ਕਿਵੇਂ ਚਲਾਉਣਗੇ ਤਾਂ ਉਹਦੇ ਨਾਲ ਉਹਨਾਂ ਨੂੰ ਜਿਸ ਤਰ੍ਹਾਂ ਹੀ ਮਾਰਕਫੈਡ ਹੈ ਜੇ ਅਸੀਂ ਮਾਰਕਫੈਡ ਨੂੰ ਉੱਪਰ ਲੈ ਕੇ ਜਾਂਦੇ ਆ ਤਾਂ ਜਿਹੜੇ ਸਾਡੇ ਵੇਰਕਾ ਵਾਲੇ ਜਿਹੜੇ ਸਾਡੇ ਕਿਸਾਨ ਨੇ ਡੇਰੀ ਵਾਲੇ ਉਹਨਾਂ ਨੂੰ ਫਾਇਦਾ ਹੁੰਦਾ ਕਿਉਂਕਿ ਉਹ ਉਹਦੇ ਵਿੱਚ ਉਹ ਸੋਸਾਇਟੀ ਦੇ ਵਿੱਚ ਉਹਦੇ 파ਟਨਰ ਨੇ ਉਹ ਸਵੇਸ਼ ਕਰਕੇ ਸਰਕਾਰ ਕਦੇ ਵੀ ਖਾਸ ਤੌਰ ਤੇ ਪੰਜਾਬ ਸਰਕਾਰ ਕਦੇ ਵੀ ਕੋਈ ਪੈਸਾ ਲੋਕਾਂ ਤੋਂ ਲੁਕਾਉਂਦੀ ਨਹੀਂ ਭਾਵੇਂ ਉਹ ਬਿਜਲੀ ਦੇ ਬਿੱਲ ਮਾਫ ਕਰਨ ਦੇ ਰੂਪ ਚ ਭਾਵੇਂ ਆਮ ਆਦਮੀ ਕਲੀਨਿਕਾਂ ਦੇ ਰੂਪ ਚ ਮੁਫਤ ਦਵਾਈਆਂ ਦੇ ਰੂਪ ਚ ਭਾਵੇਂ ਉਹ ਰੋਜ਼ਗਾਰ ਦੇਣ ਦੇ ਰੂਪ ਚ ਭਾਵੇਂ ਉਹ ਇੱਥੇ ਨਵੇਂ ਰੋਜ਼ਗਾਰ ਦੇ ਮੌਕੇ ਪ੍ਰਾਈਵੇਟ ਸੈਕਟਰ ਚ ਪੈਦਾ ਕਰਨ ਦੇ ਰੂਪ ਚ ਭਾਵੇਂ ਉਹ ਜਿਸ ਤਰੀਕੇ ਨਾਲ ਵੀ ਲੋਕਾਂ ਨੂੰ ਹੈਲਪ ਚਾਹੀਦੀ ਹੈ ਸਹੂਲਤ ਚਾਹੀਦੀ ਹੈ ਅਸੀਂ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਤੋਂ ਕਦੇ ਗੁਰੇਜ਼ ਨਹੀਂ ਕਰਦੇ ਸੋ ਬੜੇ ਵਧੀਆ ਮਾਹੌਲ ਚ ਗੱਲ ਹੋਈ ਹੈ ਔਰ ਇੱਕ ਦੋ ਦਿਨਾਂ ਬਾਅਦ ਜਿਹੜਾ ਸਾਰੀਆਂ ਮੀਟਿੰਗਾਂ ਕਰਕੇ ਤੇ ਇਹਦਾ ਮਤਲਬ ਹੱਲ ਤਾਂ ਨਿਕਲ ਹੀ ਗਿਆ ਮਤਲਬ ਕੁਝ ਜਿਹੜੀਆਂ ਨਵੀਆਂ ਅਨਾਉਂਸਮੈਂਟਸ ਜਿਹੜੀਆਂ ਉਹ ਹੋ ਜਾਣਗੇ